ਔਰ ਉਹ ਚ ਤੁਸੀਂ ਜ਼ੀਰੋ ਕਸੂਰ ਵੀ ਨਹੀਂ ਕਰ ਸਕਦੇ, ਪੁਲਿਸ ਉਹਨੂੰ ਟੱਚ ਵੀ ਨਹੀਂ ਕਰੂਗੀ। ਨਹੀਂ ਉਹ ਬੇਚਾਰਾ ਬੈਠਾ ਉਹ ਤਾਂ ਡਿਫੈਂਡ ਕਰੀ ਜਾਂਦਾ ਆਪਦੇ ਆਪ ਨੂੰ, ਪੰਜਾਬੀ ਪੰਜਾਬੀ ਨੀ ਮਾਰਦਾ ਇਹ ਆ ਵੀ ਲੋਧਾ ਸਹਿੰਦਾ ਸਹਿੰਦਾ ਲਾ ਲੈਣ, ਉਹ ਚੰਗੀ ਰਾਇ ਦੇ ਕੇ ਲਾ ਲੈਣ, ਕੰਮ ਕਰਦਾ ਹਰ ਕੋਈ ਹੈ ਨਾ ਡੀਲਰ ਬਿਜ਼ਨਸ ਖੋਲਿਆ, ਉਹਨਾਂ ਨੂੰ ਕਹੋ ਬਿਜ਼ਨਸ ਕਰੋ, ਬਿਜ਼ਨਸ ਬਿਜ਼ਨਸਮੈਨ ਬਣਨਾ ਵੱਡੇ ਹੋ ਕੇ। ਕਨੇਡਾ ਮੈਂ ਜਾਣਾ। ਵੈਲਕਮ ਹੈ ਜੀ ਤੁਹਾਡਾ ਸਾਡੇ ਵਲੌਗ ਦੇ ਵਿੱਚ, ਅਤੇ ਨਵਾਂ ਵਲੌਗ ਆਪਾਂ ਸਟਾਰਟ ਕਰ ਲਿਆ, ਪੁਰਾਣਾ ਵਲੌਗ ਮਸਟੈਂਗ ਆਪਣੀ ਪੌਂਡ ਹੋ ਗਈ ਸੀ, ਨਾਲੇ ਕੋਂਗਰੈਚੁਲੇਸ਼ਨ ਸਾਨੂੰ ਕਰ ਦਿਓ, ਸਾਡੀ ਮਸਟੈਂਗ ਸਾਡੇ ਕੋਲ ਵਾਪਸ ਆ ਗਈ ਹੈ ਨਾ, ਅਤੇ ਹੁਣ ਆਪਾਂ ਇਹਨੂੰ ਧਵਾਇਆ ਧੁਵਿਆ ਕੱਲ੍ਹ ਹੀ ਐਨ ਪੂਰਾ, ਤੁਹਾਨੂੰ ਵਲੌਗ 'ਚ ਪਤਾ ਲੱਗ ਗਿਆ, ਹੁਣ ਵਲੌਗ 'ਚ ਜਾ ਕੇ ਦੇਖ ਲਿਓ, ਰੀਨਿਊ ਕਰਾਈ ਸਾਰੇ ਫਾਈਨ ਇਹਦੇ ਚੱਕ ਤੇ ਹੈ ਨਾ ਜਿਹੜੇ ਪਏ ਸੀ, ਅਤੇ ਹੁਣ ਆਪਾਂ ਕਲੀਅਰ ਹਾਂ, ਹੁਣ ਆਪਾਂ ਝੋਟੇ ਰੋਡ ਦੇ ਉੱਤੇ ਐਂ ਕੱਢਾਂਗੇ ਜਿਵੇਂ ਭੈਣ 'ਚੋਂ ਆਪਦੀ ਸੜਕ ਹੁੰਦੀ ਆ, ਹੈਂ ਅਤੇ ਵਧਾਈਆਂ ਫਿਰ ਹੈ ਨਾ ਸਾਨੂੰ ਕਰ ਦਿਓ ਇੱਦਾਂ ਹੈਂ। ਹੁਣ ਆਪਾਂ ਜ਼ਿਆਦਾ ਕੁਛ ਨਹੀਂ, ਪਿਛਲੇ ਵਲੌਗ 'ਚ ਵੀ ਕਿਹਾ ਸੀ, ਆਹ ਵਲੌਗ 'ਚ ਵੀ ਕਹਿ ਰਹੇ ਹਾਂ, ਥੈਂਕ ਯੂ ਸੋ ਮੱਚ ਸਾਨੂੰ ਪਿਆਰ ਦੇਣ ਲਈ ਸਾਡੇ ਵਲੌਗਸ ਨੂੰ, ਕਈਆਂ ਨੂੰ ਮਤਲਬ ਬਹੁਤਿਆਂ ਨੂੰ ਚੰਗੇ ਲੱਗੇ ਅਸੀਂ, ਅਤੇ ਥੋੜ੍ਹਿਆਂ ਨੂੰ ਚੰਗੇ ਨਹੀਂ ਲੱਗੇ, ਅਤੇ ਉਹਨਾਂ ਨੂੰ ਵੀ ਲੱਗਣ ਲੱਗ ਜਾਂਗੇ ਹੌਲੀ ਹੌਲੀ ਜ਼ਿਆਦਾ, ਕਿਉਂਕਿ ਅਗਰ ਉਹ ਸੀਰੀਅਸ ਨਾ ਲੈਣ ਸਾਡੀਆਂ ਗੱਲਾਂ, ਗੱਲਾਂ ਹੀ ਨੇ, ਕੈਮਰਾ ਮੂਹਰੇ ਅਤੇ ਬੋਲਦੇ ਰਹਿੰਦੇ ਅਸੀਂ, ਗੱਲਾਂ ਕਰਨ ਨੂੰ ਹੀ ਹੁੰਦੀਆਂ। ਅਤੇ ਅੱਜ ਦਾ ਟੌਪਿਕ ਤੁਹਾਨੂੰ ਅਸੀਂ ਸ਼ੇਅਰ ਕਰਨਾ ਚਾਹੁੰਦੇ ਹਾਂ ਆਪਦੇ ਦਿਲ ਦੀ ਗੱਲ, ਵੀ ਕਾਫੀ ਦਿਨਾਂ ਤੋਂ ਚੁੱਪ ਸੀ, ਖਾਮੋਸ਼ ਸੀਗੇ ਅਸੀਂ, ਜਿਹੜਾ ਕੈਨੇਡਾ ਦੇ ਵਿੱਚ ਮੁੰਡਾ ਸੁਸਾਈਡ ਕਰਕੇ ਅਲਵਿਦਾ ਕਹਿ ਗਿਆ ਦੁਨੀਆਂ ਨੂੰ ਹੈ ਨਾ, ਆਪਦੇ ਮਾਪਿਆਂ ਨੂੰ, ਅਤੇ ਸਾਰੇ ਉਹਨਾਂ 'ਤੇ ਮਤਲਬ ਆਪਦੀ ਰਾਜਨੀਤੀ ਐਂ ਰੋਟੀਆਂ ਸੇਕਣ ਲੱਗੇ ਤਾਂ ਹੋਏ ਆ, ਲੇਕਿਨ ਕੋਈ ਬਲੇਮ ਮਾਮਾ ਬਲੇਮ ਲਾਉਂਦਾ ਏਜੰਸੀ ਵਾਲਿਆਂ 'ਤੇ, ਡੀਲਰਾਂ 'ਤੇ, ਅਤੇ ਡੀਲਰ ਵਾਲਿਆਂ ਨੇ ਮੂਹਰੇ ਆ ਕੇ ਉਹਨਾਂ 'ਤੇ ਕਸੂਰ, ਮੈਨੂੰ ਜਿੱਥੇ ਤੱਕ ਲੱਗਦਾ ਕਿਤੇ ਨਾ ਕਿਤੇ ਮੁੰਡੇ ਦਾ ਹੀ ਹੋਣਾ ਵਾ, ਕਿਉਂਕਿ ਜੋ ਇੰਨਾ ਕਮਜ਼ੋਰ ਮਾਇੰਡ ਆ ਜਾਂ ਜਿਹੜਾ ਆਤਮ ਹੱਤਿਆ ਕਰਨੀ ਜਾਂ ਸੁਸਾਈਡ ਕਰਨੀ ਚੰਗੀ ਗੱਲ ਨਹੀਂ ਹੈਗੀ, ਨਾ ਤਾਂ ਡੀਲਰ ਨੇ ਮੰਨਣਾ, ਕੋਈ ਆਪਸ਼ਨ ਨਹੀਂ ਗੀ ਯਾਰ, ਕੋਈ ਹੱਲ ਨਹੀਂ ਗਾ ਕਿਸੇ ਚੀਜ਼ ਦਾ, ਅਤੇ ਨਾ ਤਾਂ ਮਾਮੇ ਨੇ ਮੰਨਣਾ, ਸਹੀ ਆ। ਔਰ ਕਸੂਰ ਅਗਰ ਆਪਾਂ ਐਜ ਏ ਇਨਸਾਨੀਅਤ ਪ੍ਰੈਕਟੀਕਲੀ ਸੋਚੀਏ, ਮਾਮਾ ਵੀ ਪ੍ਰੈਸ਼ਰਾਈਜ਼ ਕਰ ਸਕਦਾ ਉਹਨੂੰ, ਵੀ ਤੂੰ ਜੋ ਗੱਡੀ ਹੈ ਐਡੀ ਹੈ ਹੁਣ ਲੈ ਲਈ, ਅਤੇ ਹੁਣ ਆ ਇੱਦਾਂ ਕਿਵੇਂ ਕਿਸ਼ਤਾਂ, ਡੇਲੀ ਦੇ ਤਾਨੇ ਮਿਹਣੇ, ਜਾਂ ਮੰਮੀ ਨੂੰ ਗੱਲ ਕਰਵਾਤੀ ਉਹਦੇ ਘਰਦਿਆਂ ਤੋਂ ਗਾਲਾਂ, ਜਾਂ ਕੁਛ ਵੀ ਪ੍ਰੈਸ਼ਰਾਈਜ਼। ਔਰ ਅੱਜ ਕੱਲ੍ਹ ਦੀ ਕਿੰਨੇ ਸਾਲਾਂ ਦਾ ਸੀ, 21 ਸਾਲਾਂ ਦਾ ਮੈਂ ਕਹਿੰਦਾ ਮੁੰਡਾ, 21 ਸਾਲਾਂ ਦਾ ਮੁੰਡਾ ਸੀ, ਔਰ ਅੱਜ ਕੱਲ੍ਹ ਦੇ ਜਿਹੜੇ ਮੁੰਡੇ ਨੇ 20-21 ਸਾਲਾਂ ਦੇ, ਤੁਹਾਨੂੰ ਕੀ ਲੱਗਦਾ ਵੀ ਜ਼ਿੰਮੇਵਾਰੀ ਹੈ ਕਿ ਜ਼ਿੰਮੇਵਾਰੀ ਇੱਕ ਲਫ਼ਜ਼ ਹੈ, ਛੋਟਾ ਹੀ ਲਫ਼ਜ਼ ਆ, ਬਹੁਤ ਵੱਡਾ ਲਫ਼ਜ਼ ਆ ਇਹਨੂੰ ਹੈਂਡਲ ਕਰਨਾ, ਅਤੇ ਇਹਨੂੰ ਆਪਦੇ ਸਿਰ 'ਤੇ ਹੰਢਾਉਣਾ ਹੈ ਨਾ, ਫਿਰ ਇਹਨੂੰ ਉਸ ਤੋਂ ਬਾਅਦ ਜਾ ਕੇ ਬੰਦਾ ਬਣਦਾ 21 ਸਾਲਾਂ ਤੋਂ ਬਾਅਦ ਹੈ ਨਾ, ਕੀ ਕਹਿੰਦਾ ਸਡਨਲੀ ਯਾਰ 21 ਸਾਲ ਦੇ ਜਵਾਕ 'ਤੇ ਆਪਾਂ ਭੇਜ ਤਾਂ ਦਿੰਦੇ ਹਾਂ ਜਵਾਕ ਵੀ ਪੜ੍ਹਨ ਚਲਾ ਗਿਆ, ਪੜ੍ਹੂਗਾ ਕਰੂਗਾ, ਇੰਡੀਆ 'ਚ ਬਹਿ ਕੇ ਨਾ ਮਾਂ ਪਿਓ ਨੂੰ ਉਹ ਗੱਲਾਂ ਕਰਨੀਆਂ ਬਹੁਤ ਸੌਖੀਆਂ ਵਾ, ਬਟ ਉੱਥੇ ਜਾ ਕੇ ਉਹ ਪ੍ਰੈਸ਼ਰ ਝੱਲਣਾ ਬਈ ਆਪਦੀ ਪੜ੍ਹਾਈ ਦਾ ਖਰਚਾ, ਆਪਦੇ ਰੈਂਟ, ਆਪਦਾ ਖਾਣਾ ਪੀਣਾ, ਆਪਦਾ ਗੱਡੀਆਂ, ਫਿਰ ਪੀ ਆਰ ਜਿਹੜੀ ਲਾਉਣੀ ਆ ਉਹਦੇ ਖਰਚੇ ਬਹੁਤ ਹੋ ਜਾਂਦੇ, ਬਹੁਤ ਪ੍ਰੈਸ਼ਰਾਈਜ਼ ਹੋ ਜਾਂਦਾ ਜਵਾਕ। ਅਤੇ ਦੂਜੀ ਗੱਲ ਰਹਿ ਗਈ, ਉੱਚੀ ਬੋਲਣ ਗੱਡੀ ਚੱਲ ਪਈ ਤੇਰੀ ਆਵਾਜ਼ ਘੱਟ, ਦੂਜੀ ਗੱਲ ਰਹਿ ਗਈ ਜਿਹੜੇ ਪੰਜਾਬੀ ਆ ਨਾ ਆਪਾਂ ਪੰਜਾਬੀ, ਉਹ ਪੰਜਾਬੀ ਨਹੀਂ ਨਾਲ ਆਪਾਂ ਦੇ, ਆਪਾਂ ਪੰਜਾਬੀ ਥੋੜ੍ਹੇ ਫੁਕਰੇ ਹਾਂ, ਜਿਹੜੀ ਗੱਲ ਆਪਾਂ ਨੂੰ ਮੰਨਣੀ ਪੈਣੀ ਸਭ ਨੂੰ, ਆਪਾਂ ਸਭ ਫੁਕਰੇ ਹਾਂ, ਆਪਾਂ ਜਦੋਂ ਵੀ ਗੱਡੀ ਲੈਣੀ ਆ ਆਪਦੇ ਨਾ ਚਾਦਰ ਤੋਂ ਬਾਹਰ ਪੈਰ ਕੱਢ ਕੇ ਗੱਡੀ ਲੈਣੀ ਆ, ਨੋਟ ਮੈਂ ਉਹ ਮੁੰਡੇ ਦੀ ਗੱਲ ਕਰਦਾ, ਮੈਂ ਸਾਰਿਆਂ ਦੀ ਵਿੱਚ ਹੀ ਆਪ ਨੂੰ ਇਨਕਲੂਡ ਕਰਕੇ ਕਰਦਾ ਵਾਂ, ਇਹ ਗੱਲਾਂ ਥੋੜ੍ਹੀ ਉਮਰ ਤੋਂ ਬਾਅਦ ਸਮਝ ਆਉਂਦੀਆਂ ਜਾ ਕੇ, ਇਹ ਨਹੀਂ ਕਰਨੀਆਂ ਚਾਹੀਦੀਆਂ, ਆਪਾਂ ਦੇਖ ਕੇ ਦੂਜੇ ਦੀ ਗੱਡੀ ਦੇਖ ਕੇ ਗੱਡੀ ਲੈਂਦੇ ਆ, ਹੁਣ ਸਪੈਸ਼ਲੀ ਜਿਹੜਾ ਕੈਨੇਡਾ 'ਚ ਟ੍ਰੈਂਡ ਹੋਇਆ ਨਾ, ਸਭ ਕੁਝ ਜੀਪ 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 ਹੋਈ ਹੋਈ ਆ, ਅਤੇ ਉਹਦੇ ਪਿੱਛੇ ਅਲੱਗ ਅਲੱਗ ਜੀਪ ਲਈ ਜਾਂਦੇ, ਉਹਦੀ ਬਜਟ ਹੈ ਜਾਂ ਨਹੀਂ ਹੈ, ਉਹ ਕਿਸ਼ਤਾਂ ਮੋੜ ਪਾਊ ਜਾਂ ਨਹੀਂ ਪਾਊਗਾ, ਡੀਲਰ ਨੇ ਆਪਦਾ ਯਾਰ ਲੋਨ ਕਰਾ ਕੇ ਪਰਾਂ ਹੋ ਜਾਣਾ, ਉਹਨੇ ਆਪਦੀ ਬੇਇੱਜ਼ਤੀ, ਉਹਨੇ ਆਪਦਾ ਕਮਿਸ਼ਨ ਖੱਟ ਲੈਣਾ, ਫਿਰ ਬਾਅਦ 'ਚ ਸੁਸਾਈਡਾਂ ਹੀ ਕਰਨੀਆਂ ਜਵਾਕਾਂ ਨੇ, ਪ੍ਰੈਸ਼ਰ ਜ਼ਿਆਦਾ ਹੋ ਜਾਂਦਾ,
ਇਦਾਂ ਜਦੋਂ ਅਸੀਂ ਆਪ 21 ਸਾਲ ਦੀ ਉਮਰ ਹੰਢਾਈ ਆ ਸਾਨੂੰ ਪਤਾ ਹੀ ਨਹੀਂ ਸੀ ਇਹ ਚੀਜ਼ ਬਾਰੇ ਹਨਾ ਤੇ ਉਦੋਂ ਡਿਸੀਜਨ ਬੰਦੇ ਬੱਚੇ ਆਪਾਂ ਇਕੱਲੇ ਭੇਜੇ ਨੇ ਉਹਨਾਂ ਨੂੰ ਕੋਈ ਪ੍ਰੋਪਰ ਗਾਈਡੈਂਸ ਹੈ ਨਹੀਂ ਗੀ ਔਰ ਮਾਂ ਪਿਓ ਯਾਰ ਪੰਜਾਬੀ ਮਾਂ ਪਿਓ ਵੀ ਫੁਕਰਾ ਹੀ ਆ ਮਾਂ ਪਿਓ ਦੀ ਗੱਲ ਨੀ ਮੰਨਣੀ ਜਿਹੜੇ ਬਾਹਰ ਆ ਗਏ ਨਾਰਾਇਜ਼ ਮਾਂ ਪਿਓ ਦੀ ਕਿਉਂਕਿ ਜਿੰਨਾ ਪ੍ਰੈਸ਼ਰਾਈਜ਼ ਮਾਂ ਪਿਓ ਕਰਦਾ ਨਾ ਬੱਚੇ ਨੂੰ ਠੀਕ ਆ ਜਿੰਨਾ ਪ੍ਰੈਸ਼ਰਾਈਜ਼ ਮਾਂ ਪਿਓ ਕਰਦਾ ਬੱਚੇ ਨੂੰ ਨਹੀਂ ਕੋਈ ਕਰਦਾ ਸਮਝ ਗਿਆ ਉਹਨਾਂ ਨੂੰ ਹਾਲੇ ਫਿਲਮ ਦਾ ਪਤਾ ਨਹੀਂ ਹੈਗਾ ਵੀ ਬੱਚੇ ਕੀ ਕਿਵੇਂ ਕਮਾਉਂਦੇ ਨੇ ਕਿਵੇਂ ਰਹਿੰਦੇ ਨੇ ਸਮਝ ਗਿਆ ਕੋਈ ਹੋਊ ਸੋਚ ਇੱਕ ਅੱਧਾ ਮਾਂ ਪਿਓ ਜਿਹੜਾ ਅੰਡਰਸਟੈਂਡ ਕਰਦਾ ਹੋਊਗਾ ਵੀ ਚੱਲ ਕੋਈ ਗੱਲ ਨਹੀਂ ਪੁੱਤ ਸਾਰ ਲਾ ਤੂੰ ਨਹੀਂ ਤਾਂ ਬੱਚੇ ਨੂੰ ਪ੍ਰੈਸ਼ਰਾਈਜ਼ ਕਰ ਕਰਕੇ ਇੱਥੇ ਤੱਕ ਮਤਲਬ ਕਈ ਕਾਫੀ ਹੱਦ ਤੱਕ ਮਾਂ ਪਿਓ ਦਾ ਵੀ ਕਸੂਰ ਹੁੰਦਾ ਹਨਾ ਹੁੰਦਾ ਬਾਈ ਪ੍ਰੈਸ਼ਰਾਈਜ਼ ਕੀਤਾ ਜਾਂਦਾ ਉਹਨਾਂ ਦੇ ਮੁੰਡੇ ਨੇ ਇੰਨੇ ਪੈਸੇ ਭੇਜਤੇ ਤੂੰ ਨਹੀਂ ਭੇਜੇ ਉਹਨਾਂ ਦੀ ਕੋਠੀ ਸਟਾਰਟ ਹੋ ਗਈ ਪੁੱਤ ਆਪਾਂ ਕਦੋਂ ਕਰੀਏ ਹੈ ਪੁੱਤ ਤੂੰ ਆਹ ਮਹੀਨੇ ਪੈਸੇ ਨਹੀਂ ਪਾਏ ਹਨਾ ਆਹ ਮਹੀਨੇ ਪੈਸੇ ਨਹੀਂ ਪਾਏ ਤੇ ਮੂੰਹ ਬਦਲ ਜਾਂਦੇ ਆ ਗੱਲਾਂ ਬਦਲ ਜਾਂਦੀਆਂ ਬਿਹੇਵ ਬਦਲ ਜਾਂਦਾ ਜਵਾਕਾਂ ਨਾਲ ਪੈਸੇ ਪਾਈ ਚੱਲੋ ਖੁਸ਼ ਪੈਸੇ ਨਾ ਪਾਓ ਤੁਹਾਨੂੰ ਤੁਹਾਡਾ ਫੋਨ ਵੀ ਨਹੀਂ ਚੱਕਣਾ ਦੂਜਾ ਪੁਆਇੰਟ ਇੱਕ ਹੋਰ ਦੱਸਦਾ ਨਾ ਜਦੋਂ ਆਪਾਂ ਮੋਸਟਲੀ ਜ਼ਿਆਦਾਤਰ ਜਿਹੜੇ ਜਵਾਕ ਜਾ ਰਹੇ ਆ ਨਾ ਜ਼ਿਆਦਾਤਰ ਸਭ ਨੇ ਲੋਨ ਲਿਆ ਹੋਇਆ ਕਰਜ਼ਾ ਲਿਆ ਹੋਇਆ ਇੰਡੀਆ ਤੋਂ ਜਿਹੜੇ ਜਾ ਰਹੇ ਆ 25 ਲੱਖ ਦਾ ਲੋਨ ਕਰਜ਼ਾ ਉਹ 'ਚ ਸਮਝ ਲਾ 5-10 ਲੱਖ ਕੋਲ ਹੋਊਗਾ ਬਾਕੀ ਲੋਨ ਹੀ ਹੁੰਦਾ ਵਾ ਅਤੇ ਉਦੋਂ ਤਾਂ ਸਾਰੇ ਸੋਚ ਰਹੇ ਜਾ ਕੇ ਜਵਾਕ ਵੀ ਕਹਿੰਦਾ ਮੈਂ ਲਾਹ ਦੇਣਾ ਜਾ ਕੇ ਮੈਂ ਕਰ ਦੇਣਾ ਜਾ ਕੇ ਘਰਦਿਆਂ ਨੇ ਵੀ ਕਹਿਣਾ ਹਾਂ ਇੰਨੇ ਤੋਂ ਆਪਦੇ ਪੜ੍ਹਾਈ ਦੇ ਕੱਢ ਕੇ ਬਾਕੀ ਸਾਨੂੰ ਪਾਈ ਜਾਈ ਤਾਂ ਅਸੀਂ ਸਾਰ ਲੈਣਾ ਨਹੀਂ ਸਾਰਦਾ ਉਨਾ ਕੰਮ ਨਹੀਂ ਹੁੰਦਾ ਬਾਹਰ ਜਾ ਕੇ ਕਿ ਉਹ ਇੰਨਾ ਕੁਛ ਸਾਰਾ ਕੁਛ ਇੱਕ ਵਾਰ ਕੀ ਉਹ ਪਿੱਛੇ ਤੁਹਾਡਾ ਲੋਨ ਵੀ ਮੋੜੇ ਤੁਹਾਡਾ ਪਿਛਲੇ ਇੰਡੀਆ ਦਾ ਖਰਚਾ ਵੀ ਚੱਕੇ ਆਪਦਾ ਖਰਚਾ ਵੀ ਚੱਕੇ ਤੇ ਇੰਨਾ ਨਹੀਂ ਹੁੰਦਾ ਹਨਾ ਤੇ ਆਪਦੀ ਪੜ੍ਹਾਈ ਦਾ ਖਰਚਾ ਵੀ ਚੱਕੇ ਤੇ PRP ਲੈਣੀ ਉਹਨੇ ਨਹੀਂ ਇੰਨਾ ਹੁੰਦਾ ਹੋ ਹੀ ਨਹੀਂ ਸਕਦਾ ਕਿ ਜਵਾਕ ਇੰਨੇ ਕੋਈ ਟਮਾਟਰਲਾ ਹੋਊਗਾ ਜਿਹਨੇ ਵਧੀਆ ਕੰਮ ਉਹਨੂੰ ਮਿਲ ਗਏ ਤਾਂ ਉਹਨੇ ਕੱਢਤਾ ਹੋਊਗਾ ਹਨਾ ਬਟ ਇੰਨਾ ਪੂਰਾ ਨਹੀਂ ਕਰ ਸਕਦਾ ਤਾਂ ਉਹ ਹੋਰ ਕਰਜ਼ੇ 'ਚ ਹੀ ਵੜਦਾ ਜਾਂਦਾ ਜਵਾਕ ਆਪਣਾ ਪ੍ਰੈਸ਼ਰਾਈਜ਼ ਹੋਣਾ ਇਹ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਸਾਰਿਆਂ ਨੂੰ ਇਹ ਇੱਕ ਟਰੈਪ ਦੇ ਵਿੱਚ ਫਸ ਚੁੱਕੇ ਹਾਂ ਜੇ ਕੋਈ ਸਿਆਣਾ ਬੰਦਾ ਮੂਹਰਿਓ ਜਾਂ ਐਕਸਪੀਰੀਅੰਸ ਬੰਦਾ ਅੱਜ ਕੱਲ੍ਹ ਨਵੇਂ ਬੱਚੇ ਨੂੰ ਤੁਸੀਂ ਜਾ ਕੇ ਉੱਥੇ ਆਈਲੈਟਸ ਦੇ ਸੈਂਟਰ ਦੇਖ ਲਿਓ ਆਪਣੇ ਪੰਜਾਬ ਸਕੂਲ ਖਾਲੀ ਹੋ ਗਏ 10-10 ਤੋਂ ਬਾਅਦ 12-11 ਤੋਂ ਬਾਅਦ ਆਈਲੈਟਸ ਦੇ ਸੈਂਟਰ ਫੁੱਲ ਹੋ ਗਏ ਔਰ ਕਿਸੇ ਨੂੰ ਵੀ ਆਹ ਜਾਂਦੇ ਆ ਨਾ ਮੀਡੀਆ ਵਾਲੇ ਕੁੜੀਆਂ ਸਾਹਮਣੇ ਮੈਕ ਕਰਦੇ ਆ ਅੱਧੀਆਂ ਕੁੜੀਆਂ ਤਾਂ ਇਹੀ ਕਹਿੰਦੀਆਂ ਨੇ ਉੱਥੇ ਫਰੀਡਮ ਹੈਗੀ ਆ ਉੱਥੇ ਫਰੀਡਮ ਹੈਗੀ ਆ ਅਸੀਂ ਉੱਥੇ ਜੋਬ ਕਰ ਸਕਦੀਆਂ ਵਾ ਅਸੀਂ ਉੱਥੇ ਇੱਕ ਤਾਂ ਕਹਿੰਦੇ ਮੈਂ ਬਿਜ਼ਨਸ ਕਰਨ ਜਾਣਾ ਵਾ ਕੁਛ ਵੀ ਅੰਧਾ ਧੁੰਦ ਬੋਲੀ ਤੁਰੇ ਵਾਲਾ ਹਨਾ ਇਹ ਨਹੀਂ ਪਤਾ ਬਿਜ਼ਨਸ ਤੋਂ ਪੁੱਛਿਆ ਕਰਨਾ ਕਾਹਦਾ ਉਹ ਨਹੀਂ ਪਤਾ ਵੀ ਬਿਜ਼ਨਸ ਕਰਨੇ ਕਾਹਦੇ ਆ ਔਰ ਐਕਸਪੀਰੀਅੰਸ ਬੰਦਾ ਅਗਰ ਕਹੇ ਨਾ ਵੀ ਪੁੱਤ ਤੁਸੀਂ ਰਹਿਣ ਦਿਓ ਇੱਧਰ ਨਾ ਆਓ ਜਾਂ ਤੁਸੀਂ ਇੱਧਰ ਹੀ ਆਪਦਾ ਕੋਈ ਦੇਖ ਲਓ 25-30 ਲੱਖ ਦਾ ਇੱਧਰ ਹੀ ਕੋਈ ਬਿਜ਼ਨਸ ਕਰ ਲਓ ਨਹੀਂ ਕਿਉਂਕਿ ਵੀਰ ਮੇਰਿਓ ਇਹ ਟਰੈਪ ਦੇ ਵਿੱਚ ਆਪਾਂ ਵੀ ਨਿਕਲ ਕੇ ਆਏ ਹਾਂ ਆਪਾਂ ਨੂੰ ਵੀ ਉਦੋਂ ਅਕਲ ਨਹੀਂ ਸੀਗੀ ਹਨਾ ਆਉਣ ਵਾਲੇ ਬੱਚੇ ਵੀ ਉਹੀ ਟਰੈਕ ਤੇ ਨੇ ਉਹਨਾਂ ਨੂੰ ਵੀ ਅਕਲ ਨਹੀਂ ਇਹ ਟਰੈਪ ਦੀ ਸਮਝ 10-15 ਸਾਲ ਆਪਦੇ ਉੱਤੇ ਹੰਢਾਉਣ ਤੋਂ ਬਾਅਦ ਅਕਲ ਆਉਂਦੀ ਆ ਫਿਰ ਉਦੋਂ ਪਤਾ ਲੱਗਦਾ ਨਹੀਂ ਯਾਰ ਸਾਡਾ ਤਾਂ ਫੱਦੂ ਖਿੱਚਿਆ ਗਿਆ ਜਾਨੂੰ ਟਾਈਮ ਨਿਕਲ ਜਾਂਦਾ ਜਾਨੂੰ ਟਾਈਮ ਤੇ ਉਮਰ ਦੋਨੋਂ ਹੀ ਨਿਕਲ ਜਾਂਦੇ ਆ ਨਾ ਪਿੱਛੇ ਮੁੜ ਸਕਦਾ ਬੰਦਾ ਨਾ ਕੁਛ ਹੋਰ ਅਸੀਂ ਦੁਬਈ 'ਚ ਰਹਿੰਦੇ ਹਾਂ ਦੁਬਈ ਦਾ ਸਿਸਟਮ ਉਵੇਂ ਨਹੀਂ ਹੈਗਾ ਸਾਨੂੰ ਇਹਨਾਂ ਨੇ ਪੱਕੇ ਨਹੀਂ ਕਰਨਾ ਸਾਨੂੰ ਕੋਈ PR ਨਹੀਂ ਹੈਗੀ ਅਸੀਂ ਆਪਦੇ ਦਮ 'ਤੇ ਚੱਲੇ ਆਉਂਦੇ ਹਾਂ ਹੈ ਨਾ ਕਰਦੇ ਆਉਂਦੇ ਹਾਂ ਅਸੀਂ ਕੱਲ੍ਹ ਨੂੰ ਆਪਦਾ ਬੋਰੀਆ ਪੈਸਤਰਾ ਚੱਕਣਾ ਪਿੱਛੇ ਤੁਰ ਜਾਣਾ ਤਾਂ ਸਾਨੂੰ ਸਾਡਾ ਪਿੱਛੇ ਪਿਆਰ ਆ ਮੁਹੱਬਤ ਆ ਤਾਂ ਆਲਵੇਜ਼ ਅਸੀਂ ਪੰਜਾਬ ਦੀ ਹੀ ਗੱਲ ਕਰਦੇ ਹਾਂ ਆਲਵੇਜ਼ ਆਪ ਮਤਲਬ ਹੱਕ ਦੀ ਵੀ ਗੱਲ ਕਰੀਦੀ ਆ ਜਿਹੜੀ ਸਾਨੂੰ ਗਲਤ ਲੱਗਦੀ ਆ ਉਹਨੂੰ ਅਸੀਂ ਬੋਲਦੇ ਹਾਂ ਹੈ ਨਾ ਹੁਣ ਬੋਲਣਾ ਸਿੱਖੇ ਹਾਂ 10-15 ਸਾਲ ਤੋਂ ਬਾਅਦ ਸਮਝ ਗਏ ਸਾਨੂੰ ਇੱਥੇ ਅੱਗੇ ਸਮਝ ਹੋਣਾ ਹੀ ਆ ਤੁਹਾਨੂੰ ਕਿੱਥੇ ਸਮਝ ਹੋਣੀ ਕਿਉਂਕਿ ਤੁਹਾਨੂੰ ਤਾਂ ਉਹਨਾਂ ਨੇ ਫਸਾ ਰੱਖਿਆ ਕਾਰਡਾਂ ਦੇ ਵਿੱਚ ਹਾਊਸਿਸ ਲੈਣ ਦੇ ਵਿੱਚ ਕਾਰਾਂ ਲੈਣ ਦੇ ਵਿੱਚ ਸਾਰਾ ਕੁਛ ਅਸੀਂ ਆ ਸਾਡੇ ਕੋਲ 2 ਗੱਡੀਆਂ ਨੇ ਬੇਸ਼ੱਕ ਦੀ ਸਾਡੀ ਦੂਜੀ ਗੱਡੀ ਪੁਰਾਣੀ ਮਾਡਲ ਦੀ ਆ ਅਲਟੀਮਾ ਸਾਨੂੰ ਇਹ ਤਾਂ ਨਹੀਂ ਕੱਲ੍ਹ ਅਸੀਂ ਕੈਸ਼ ਦੇਣੀ ਆ ਅਸੀਂ ਚੱਕ ਲਈ ਜਿੰਨਾ ਸਾਡੇ ਕੋਲ ਪੈਸਾ ਸੀਗਾ ਚੱਕੀ ਦੇ ਆਦੀ ਕੱਲ੍ਹ ਡਰਾਈਵ ਕਰਨ ਲੱਗ ਗਏ ਸਾਨੂੰ ਕੋਈ ਟੈਨਸ਼ਨ ਨਹੀਂ ਆਹ ਗੱਡੀ ਲਈ ਸੀਗੀ ਅਸੀਂ ਕੈਸ਼ ਲਈ ਆ ਥੋੜ੍ਹੀ ਮਹਿੰਗੀ ਸੀ ਲੇਕਿਨ ਲੈ ਕੇ ਜਦੋਂ ਸਾਡੇ ਕੋਲ ਕੈਸ਼ ਸੀ ਉਦੋਂ ਚੱਕੀ ਗੱਡੀ ਇਹ ਨਹੀਂ ਹੈਗਾ ਵੀ ਇੰਸਟਾਲਮੈਂਟ ਕਰ ਲਈਏ ਇੰਸਟਾਲਮੈਂਟ ਕੀਤੀਆਂ ਸੀ ਬਿਗਨਿੰਗ ਦੇ ਵਿੱਚ ਜਦੋਂ ਕਾਰਡ ਸਾਡੇ ਕੋਲ ਹੁੰਦੇ ਸੀ ਨਾ ਆਹ ਕਰੋਨਾ ਤੋਂ ਬਾਅਦ ਕੀਤੇ ਸਾਰੇ ਕਾਰਡ ਕੂਡ ਬੰਦ ਨਹੀਂ ਭਾਈ ਇਹਦਾ ਟਰੈਪ ਆ ਇਹ ਸਾਰਾ ਕੁਛ ਹੁਣ ਸਾਡੇ ਕੋਲ ਹੁਣ ਅਸੀਂ ਇਹ ਆਦਤ ਬਣਾਈ ਆ ਜਿੰਨਾ ਨਹੀਂ ਬੰਦ ਕਰ ਦਿਓ ਕਾਰਡ ਬੰਦ ਕਰ ਦਿਓ ਬਲੌਕ ਕਰਵਾ ਦਿਓ ਤੁਹਾਡੇ ਕੋਲ ਕਾਰਡ ਨਹੀਂ ਹੋਊਗਾ ਤੁਸੀਂ ਇਹਦਾ ਮਿਸਯੂਜ਼ ਨਹੀਂ ਕਰੋਗੇ ਤੁਸੀਂ
ਜਿੰਨੀ ਤੁਹਾਡੀ ਇਹ ਚ ਕੈਸ਼ ਆ ਉਨਾ ਹੀ ਖਰਚੋ ਬਸ। ਮੈਂ ਕਹਿੰਦਾ ਜ਼ਿੰਦਗੀ ਇੰਨੀ ਕੁ ਆਰਾਮ ਨਾਲ ਨਿਕਲਣੀ ਆ ਨਾ ਤਾਂ ਟੈਨਸ਼ਨ ਹੀ ਕੋਈ ਨਹੀਂ। ਕੁਆਲਿਟੀ ਲਈ ਮਾਫ਼ੀ ਕਿਉਂਕਿ ਅੱਜ ਮੈਂ ਮਸਟੈਂਗ ਦੂਜੀ ਪਹਿਲਾਂ ਦੂਜੀ ਗੱਡੀ 'ਚ ਬੈਠੇ ਹੁੰਦੇ ਉਹ 'ਚ ਲਾਈਟ ਜ਼ਿਆਦਾ ਆਉਂਦੀ ਆ, ਮਸਟੈਂਗ ਦੇ ਵਿੱਚ ਬੈਠਿਆਂ ਥੋੜ੍ਹੀ ਲਾਈਟ ਘੱਟ ਆ ਤਾਂ ਕਰਕੇ। ਤਾਂ ਤੁਸੀਂ ਤਾਂ ਗੱਲਾਂ ਹੀ ਸੁਣਨੀਆਂ ਨਾ, ਸਾਡੇ ਦਿਲ ਦੀ ਗੱਲ ਅਸੀਂ ਤੁਹਾਨੂੰ ਦੱਸਤੀ। ਅਗਰ ਤੁਸੀਂ ਸਾਡੇ ਨਾਲ ਐਗਰੀ ਕਰ ਦਿਓ ਇਹ ਚੀਜ਼ ਨੂੰ ਤਾਂ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ। ਗੱਲ ਆਪਾਂ ਫਿਰ ਪੁਆਇੰਟ ਮੁੰਡੇ 'ਤੇ ਲੈ ਕੇ ਆਉਂਦੇ ਹਾਂ ਬਈ, ਨਾ ਤਾਂ ਡੀਲਰ ਨੇ ਮੰਨਣਾ ਨਾ ਮਾਮੇ ਨੇ ਮੰਨਣਾ, ਜਾਣ ਵਾਲਾ ਚਲਾ ਗਿਆ ਪਿੱਛੇ ਮਾਂ ਪਿਓ ਵੀ ਜਾੜ ਗਿਆ ਜਿਨ੍ਹਾਂ ਨੇ ਪੈਸਾ ਚੱਕ ਕੇ 25-30 ਲੱਖ ਰੁਪਏ ਲਾ ਕੇ ਤੋਰਿਆ ਹੋਣਾ ਜਵਾਕ, ਠੀਕ ਆ। ਉਹ ਥੋੜ੍ਹਾ ਆਪਾਂ ਨੂੰ ਸੁਧਰਨਾ ਪੈਣਾ ਵਾ, ਦਿਲ 'ਤੇ ਪੱਥਰ ਰੱਖ ਕੇ। ਨੈਕਸਟ ਵਲੋਗ ਦੇ ਵਿੱਚ ਦੱਸਾਂਗੇ ਆਪਾਂ ਆਪਣੇ ਪੰਜਾਬ ਨਾਲ ਹੋ ਕੀ ਰਿਹਾ ਵਾ, ਸਮਝ ਗਏ। ਆਪਣੇ ਤਾਂ ਜਾਂਦਿਆਂ ਨੂੰ ਜਗ੍ਹਾ ਬਚਣੀ ਨਹੀਂ ਆਪਣੇ ਰਹਿਣ ਨੂੰ, ਅਗਲੇ ਹੈੱਕ ਠੋਕ ਕੇ ਕਹਿੰਦੇ ਆ ਉੱਥੇ। ਉਹ ਆਪਾਂ ਤੁਹਾਨੂੰ ਸਾਰਾ ਕੁਛ ਅਗਲੇ ਵਲੋਗ 'ਚ ਦੱਸਾਂਗੇ, ਠੀਕ ਆ। ਇਸ ਕਰਕੇ ਸੁਧਰਨਾ ਪੈਣਾ, ਆਪਾਂ ਨੂੰ ਆਪਦੇ ਕੰਮ ਧੰਦੇ ਵਾਪਸ ਤੋਰਨੇ ਪੈਣੇ ਆ। ਜ਼ਮੀਨਾਂ ਨਾ ਵੇਚੋ, ਜਿਹੜੇ ਵੇਚਣਾ ਸੌਖਾ ਨਾ ਇਸ ਵਾਸਤੇ ਜ਼ਮੀਨ ਵੇਚਣਾ, 4 ਪੈਸੇ ਵੇਚੋ ਇੱਧਰੋਂ। ਕਿੰਨੇ ਘਰ ਇੱਥੋਂ ਜ਼ਮੀਨ ਵੇਚ ਕੇ ਕੈਨੇਡਾ ਦੇ ਵਿੱਚ ਉਹਨਾਂ ਨੇ ਘਰ ਲਏ ਨੇ ਵੀ ਸਾਡੀ ਕਿਸ਼ਤਾਂ ਪੂਰੀਆਂ ਹੋ ਜਾਣਗੀਆਂ, ਡਾਊਨ ਪੇਮੈਂਟ ਦੇ ਪੈਸੇ ਇਕੱਠੇ ਹੋ ਜਾਣਗੇ, ਹੈ ਨਾ। ਉਹ ਉਹਨਾਂ ਦੇ ਪਹਿਲਾਂ ਹੀ ਨਾਸ ਵੱਜੇ ਪਏ ਨੇ। ਇਸ ਕਰਕੇ ਡੀਮੋਟੀਵੇਟ ਨਹੀਂ ਕਰ ਰਿਹਾ, ਡੀਮੋਟੀਵੇਟ ਨਹੀਂ, ਕਿਸੇ ਨੇ ਮੇਰੇ ਕਹਿ 'ਤੇ ਰੁਕਣਾ ਨਹੀਂ, ਹੈ ਨਾ, ਨਾ ਕਿਸੇ ਨੇ ਮੇਰੇ ਕਹਿ 'ਤੇ ਜਾਣਾ ਵਾ। ਕਿਉਂਕਿ ਪੰਜਾਬ ਦੇ ਵਿੱਚ 90-95% ਜਵਾਕ ਸਕੂਲਾਂ ਸਕੂਲ ਪਾਸ ਕਰਨ ਤੋਂ ਬਾਅਦ ਆਈਲੈਟਸ ਨੂੰ ਡਿਗਰੀ। ਯਾਰ ਮੇਰੀ ਵਾਈਫ ਨੇ ਆਈਲੈਟਸ ਦਾ ਟੈਸਟ ਦਿੱਤਾ ਸੀਗਾ ਐਸੇ ਨੋਰਮਲੀ ਇੱਥੇ ਜੋਬ ਲੈਣ ਨੂੰ, ਕੋਈ ਰੈਂਡਮ ਹੀ 4-5 ਦਿਨ ਟ੍ਰੇਨਿੰਗ ਕੀਤੀ ਹੈ, ਉਸ ਤੋਂ ਬਾਅਦ 6 ਬੈਂਡ ਆ ਗਏ ਸੀ ਉਹਦੇ। ਕੁਛ ਵੀ ਨਹੀਂ, ਇਹ ਨੋਰਮਲ ਟੈਸਟ ਹੈ, ਇੱਕ ਬੇਸਿਕ ਟੈਸਟ ਹੈ ਇਹ, ਬੇਸਿਕ ਟੈਸਟ, ਠੀਕ ਹੈ, ਜਿਹਨੂੰ ਤੁਸੀਂ ਡਿਗਰੀ ਬਣਾਈ ਫਿਰਦੇ ਹੋ। ਹੈਂ, ਅਤੇ ਇਹ ਚੀਜ਼ਾਂ ਨੇ ਸਾਡੇ, ਮਤਲਬ ਇਹਦੇ ਵਿੱਚੋਂ ਨਿਕਲਣਾ ਔਖਾ ਵਾ। ਜੇ ਕਹਿ ਦਈਏ ਪੰਜਾਬ 'ਚ ਜੋਬ ਹੈ ਨਹੀਂ, 12 ਪੜ੍ਹੇ ਨੂੰ ਕੌਣ ਜੋਬ ਦੇ ਦੂ ਯਾਰ, ਦੱਸੋ। ਤੁਸੀਂ ਤਾਂ ਜ਼ਿੰਦਗੀ ਖਰਾਬ ਕਰ ਲਈ ਹੈ, 12 ਪੜ੍ਹ ਕੇ ਤੁਸੀਂ ਕੈਨੇਡਾ ਜਾਂਦੇ ਹੋ, ਕੈਨੇਡਾ ਜਾ ਕੇ ਕਿਹੜੀ ਪੜ੍ਹਾਈ ਕਰਦੇ ਹੋ ਤੁਸੀਂ, ਕੋਈ ਵੀ ਨਹੀਂ ਪੜ੍ਹਾਈ ਹੁੰਦੀ ਉੱਥੇ ਚੱਜ ਨਾਲ। ਕਮ ਸੇ ਕਮ ਆਪਦੀ ਡਿਗਰੀ ਤਾਂ ਇੱਥੇ ਕਰੋ, ਇੱਥੇ ਆਪਦੇ ਕਾਲਜ ਦਾ ਐਕਸਪੀਰੀਅੰਸ ਤਾਂ ਲਵੋ, ਹੈ ਨਾ, ਲਾਈਫ ਨੂੰ ਤਾਂ ਇੰਜੋਏ ਕਰੋ। ਸਾਰੀ ਤੁਰ ਪਏ ਤੁਸੀਂ ਸਾਰੀ ਨਾ ਫਿਰਿਓ। ਬਹੁਤ ਜ਼ਿਆਦਾ ਪਰਿਵਾਰ ਹੈ ਜਿਹਨੇ, ਜਿਹੜੇ ਪਿੱਛੇ ਮੁੜਨਾ ਚਾਹੁੰਦੇ ਨੇ, ਲੇਕਿਨ ਇੱਥੋਂ ਗੇਮ ਨਿਕਲ ਚੁੱਕੀ ਆ। ਤੁਹਾਨੂੰ ਮੈਂ ਰੋਂਦੇ ਦਿਖਾ ਦੂੰ, ਉੱਥੇ ਕਿੰਨੀਆਂ ਇੰਟਰਵਿਊ ਆਈਆਂ, ਕਿੰਨੀਆਂ ਮੁੜੇ ਬੁੜੀਆਂ ਦੀਆਂ, ਪਰਸਨਲੀ ਜਿਹੜੇ ਜਾਣਦੇ ਆ, ਸਾਨੂੰ ਮੁੜਨ ਨੂੰ ਫਿਰਦੇ ਬਟ ਨਹੀਂ ਮੁੜ ਸਕਦੇ। ਹਾਂ, ਗੇਮਾਂ ਤੋਂ ਨਿਕਲ ਚੁੱਕੀਆਂ, ਕਿਉਂਕਿ ਦੋ ਕੈਸ਼ਤੀਆਂ ਸਵਾਰ ਹੋ ਕੇ ਨਹੀਂ ਜਾਇਆ ਜਾ ਸਕਦਾ, ਇੱਕ 'ਚ ਹੀ ਰਹਿਣਾ ਪਊਗਾ। ਉਹ ਸਾਨੂੰ ਸ਼ੁਕਰ ਹੈ ਕਿ ਦੁਬਈ 'ਚ ਅਸੀਂ ਬੈਠੇ ਹਾਂ, ਕਿ ਇਹਨਾਂ ਨੇ ਸਾਨੂੰ ਪੱਕੇ ਨਹੀਂ ਕੀਤਾ, ਜੇ ਕੀਤਾ ਹੁੰਦਾ ਤਾਂ ਅਸੀਂ ਵੀ ਅੱਜ ਅਸੀਂ ਫਸੇ ਹੋਣਾ ਸੀ। ਜਾਂ ਸਾਡਾ ਤਾਂ ਮੰਨਣਾ ਇਹ ਆ ਸਲੀਮੇ, ਆਹ 40-40 ਸਾਲ ਨੂੰ ਹੋਣ ਨੂੰ ਆ ਜਾਣਾ ਆਪਾਂ, ਅੱਜ ਨਹੀਂ ਕੱਲ੍ਹ ਨੂੰ ਹੋ ਜਾਵਾਂਗੇ, ਪਿੱਛੇ 10-15 ਸਾਲ ਹੋਰ ਬੱਚੇ ਨੇ ਬੁਢਾਪੇ ਵਾਲੇ, ਸਮਝ ਗਏ। ਉਹ ਬੁਢਾਪੇ ਵਾਲੀ ਲੈਣ 'ਤੇ ਤੁਰ ਪਿਆ ਆਪਾਂ ਯਾਰ। ਉਹ ਟਾਈਮ ਅਗਰ ਮੇਰਾ ਜਿੱਥੇ ਮੈਂ ਜੰਮਿਆ ਪਲਿਆ, ਉਹ ਮੁਹੱਲੇ ਦੇ ਵਿੱਚ, ਉਹ ਗਲੀਆਂ 'ਚ ਮੇਰਾ ਨਿਕਲ ਜੇ, ਮੈਨੂੰ ਨਹੀਂ ਕੋਈ ਹੋਰ ਚੀਜ਼ ਕੰਟਰੀ ਚਾਹੀਦੀ, ਮੈਨੂੰ ਹੋਰ ਕੋਈ ਚੀਜ਼ ਨਹੀਂ ਚਾਹੀਦੀ। ਉਦੋਂ ਜਦੋਂ ਬੁਢਾਪੇ, ਤੁਸੀਂ, ਤੁਹਾਨੂੰ ਰੋਟੀ ਮਸਾਂ ਨਸੀਬ ਹੋਣੀ, ਤੁਹਾਡੇ ਜਵਾਕਾਂ ਨੇ ਤੁਹਾਡੇ ਕੋਲ ਰਹਿਣਾ ਹੀ ਨਹੀਂ, ਸਮਝ ਲਓ, ਕਿਉਂਕਿ ਆਪਾਂ ਉਹਨਾਂ ਲਈ ਰਾਹ ਹੀ ਇੱਦਾਂ ਦੇ ਸੈੱਟ ਕਰ ਦਿੱਤੇ ਆ ਬਈ ਨਹੀਂ, ਇਹਨਾਂ ਨੇ ਬਾਹਰ ਹੀ ਜਾ ਕੇ ਕਮਾਈ ਕਰਨੀ ਹੈ। ਬੁਢਾਪੇ ਤੁਹਾਡੇ ਕੋਲ ਰੋਟੀ ਨਹੀਂ ਮਿਲਣੀ ਜਦੋਂ ਗੋਡਿਆਂ ਦੇ ਭਾਰ ਆਉਣੋਂ ਹਟ ਗਿਆ। ਇਸ ਕਰਕੇ ਆਪਦੇ ਬੰਦੋਬਸਤ ਹੁਣ ਹੀ ਕਰਨੇ ਸ਼ੁਰੂ ਕਰ ਦਿਓ ਤਾਂ ਚੰਗੀ ਗੱਲ ਹੋਊਗੀ। ਅਗਰ ਹੁਣ ਵੀ ਆਹ ਜ਼ਮਾਨੇ ਦੇ ਵਿੱਚੋਂ ਨਿਕਲ ਕੇ ਵੀ ਬੁਢਾਪੇ ਦਾ ਅਰੇਂਜਮੈਂਟ ਨਾ ਹੋਇਆ, ਫਿਰ ਦੇਖੋ ਉਹ ਜਿੱਥੇ ਲਾਚਾਰ ਮਾਂ ਬਾਪ ਬੁੜਾ ਬੁੜੀ ਪਏ ਹੁੰਦੇ ਆ ਨਾ ਉੱਥੇ ਘਰਾਂ ਦੇ ਵਿੱਚ, ਆਸ਼ਰਮ ਦੇ ਵਿੱਚ, ਉਹ ਦੇਖ ਕਿਵੇਂ ਭਰਦੇ ਸੀ ਹਸਪਤਾਲਾਂ ਨੂੰ, ਸਮਝ ਗਏ। ਥੋੜ੍ਹਾ ਜਿਹਾ ਖਿੱਚ ਕੇ ਕੰਮ, ਉਹ ਸਾਰਾ ਕੁਛ ਹੋ ਸਕਦਾ, ਬਿਜ਼ਨਸ ਵੀ ਹੋ ਸਕਦਾ ਪੰਜਾਬ ਦੇ ਵਿੱਚ, ਸਾਰਾ ਕੁਛ ਹੋ ਸਕਦਾ ਯਾਰ। ਆਪਾਂ ਕਾਹਦੇ ਲਈ ਮਰਦੇ ਹਾਂ, ਜ਼ਮੀਨ ਦੇ ਟੁਕੜੇ ਲਈ ਨਾ, ਕੈਨੇਡਾ ਅਮਰੀਕਾ ਜਾ ਕੇ ਵੀ, ਅਗਰ ਸਾਨੂੰ ਇੱਥੇ ਵੀ ਦੁਬਈ 'ਚ ਵੀ ਘਰ ਮਿਲ ਜੇ, ਜ਼ਮੀਨ 'ਤੇ ਹੀ ਬਣਿਆ ਹੋਊ ਯਾਰ। ਪੰਜਾਬ ਤਾਂ ਜ਼ਮੀਨ ਸਾਰਿਆਂ ਕੋਲ ਹੀ ਹੈ, ਜੇ ਨਹੀਂ ਤੁਹਾਡੇ ਕੋਲ ਜ਼ਮੀਨ ਹੈ ਤੁਸੀਂ ਰੈਂਟ ਕਰ ਸਕਦੇ ਹੋ। ਆਪਦਾ ਬਿਜ਼ਨਸ ਕਰਨ ਲਈ ਕੀ ਚਾਹੀਦਾ, ਜ਼ਮੀਨ ਹੀ ਚਾਹੀਦੀ ਹੈ। ਹਾਂ ਠੀਕ ਹੈ, ਉੱਥੇ ਗੌਰਮੈਂਟ ਦੀ ਥੋੜ੍ਹੀਆਂ ਕਮੀਆਂ ਪੇਸ਼ੀਆਂ ਹੈ ਯਾਰ, ਇੰਨੀਆਂ ਤਾਂ ਸਾਰੇ ਪਾਸੇ ਹੀ ਮਿਲ ਜਾਣਗੀਆਂ। ਹਰ ਕੰਟਰੀ 'ਚ 25-30 ਲੱਖ ਲਾ ਕੇ ਆਪਣਾ ਜਵਾਕ ਜਾ ਰਿਹਾ ਇਸ ਟਾਈਮ ਬਾਹਰ ਜਾ ਰਿਹਾ, 25-30 ਲੱਖ 'ਚ ਕੋਈ ਵੀ ਬਿਜ਼ਨਸ ਸਟਾਰਟ ਹੋ ਸਕਦਾ, ਬਹੁਤ ਵੱਡੀ ਅਮਾਊਂਟ ਹੁੰਦੀ ਹੈ, ਬਹੁਤ ਵੱਡੀ ਅਮਾਊਂਟ ਆ 25-30 ਲੱਖ। ਇੰਡੀਆ ਦੇ ਵਿੱਚ ਕੋਈ ਵੀ ਬਿਜ਼ਨਸ ਸਟਾਰਟ ਕਰ ਸਕਦਾ ਵਧੀਆ ਵਾਲਾ, ਠੀਕ ਆ।
ਤੇ ਆ ਦੇਖਿਓ ਥੋੜੇ ਹੋਰ 5-7 ਸਾਲ ਹੋਰ ਟੱਪਣ ਦੋ ਤੁਹਾਨੂੰ ਪੰਜਾਬ ਦਾ ਨਕਸ਼ਾ ਬਦਲਦਾ ਦਿਖਾਊਂਗਾ ਉਦੋਂ ਵੀ ਪਾਵਾਂਗੇ ਵਲੌਗ ਅਸੀਂ ਜੇ ਜਿਉਂਦੇ ਰਹਿ ਗਏ ਤਾਂ ਠੀਕ ਹੈ ਨਾ ਉਦੋਂ ਵੀ ਦਿਖਾਊ ਕੀ ਕਿੱਡੇ ਕਿੱਡੇ ਰੋਡ ਬਣ ਰਹੇ ਨੇ ਇਸ ਵਕਤ ਕਿਸੇ ਗੱਲ ਨੂੰ ਨਹੀਂ ਬਣਦੇ ਪਏ ਆ ਉਹ ਕਿੰਨੀ ਕਿੰਨੀ ਡਿਵੈਲਪਮੈਂਟ ਹੋ ਰਹੀ ਆ 4-5 ਸੈਂਟਰਲ ਗੌਰਮੈਂਟ ਦੇ ਹਾਈ ਵੱਡੇ ਪ੍ਰੋਜੈਕਟ ਚੱਲ ਰਹੇ ਨੇ ਜਿਹੜਾ ਪੰਜਾਬ ਵਿੱਚ ਆਉਂਦਾ ਜਿਨ੍ਹਾਂ ਦੇ ਸਮਝ ਗਏ ਕਿਸੇ ਗੱਲ ਨੂੰ ਨਹੀਂ ਚੱਲਦੇ ਹੋਣੇ ਉਹ ਹੁਣ ਤੋਂ ਕੋਈ ਹੱਲਾਸ਼ੇਰੀ ਮਾਰਨੀ ਸ਼ੁਰੂ ਕਰਾਂਗੇ ਤਾਂ ਹੀ ਕੁਝ ਬਣਨਾ ਸ਼ੁਰੂ ਹੋਊ ਅੱਗੇ ਔਰ ਆਪਦੇ ਜਵਾਕਾਂ ਦੇ ਵਿੱਚ ਜੋਬ ਦਾ ਦਿਮਾਗ ਕੱਢ ਦਿਓ ਕੀੜਾ ਉਹਨਾਂ ਨੂੰ ਕਹੋ ਬਿਜ਼ਨਸ ਕਰੋ ਬਿਜ਼ਨਸਮੈਨ ਬਣਨਾ ਵੱਡੇ ਹੋ ਕੇ ਪੜ੍ਹਾਈ ਕਰਕੇ ਕੋਈ ਸਾਡਾ ਜੋਬ 'ਤੇ ਕਲਰਕ ਨਹੀਂ ਲੱਗਣਾ ਜਾਂ ਉੱਥੇ ਨਹੀਂ ਜਾਣਾ ਜੋਬਾਂ ਦਾ ਕੀੜਾ ਕੱਢ ਦਿਓ ਦਿਮਾਗ 'ਚੋਂ ਜਵਾਕਾਂ ਦੇ ਬਿਜ਼ਨਸ ਦਾ ਕੀੜਾ ਵਾੜ ਦਿਓ ਵੀ ਅਸੀਂ ਬਿਜ਼ਨਸਮੈਨ ਬਣਨਾ ਠੀਕ ਹੈ ਨਾ ਹੌਲੀ ਹੌਲੀ ਆਪਦੀ ਲਾਈਨ ਨੂੰ ਚੇਂਜ ਕਰ ਦਿਓ ਜੀਨਸ ਚੇਂਜ ਕਰ ਦਿਓ ਭੈਣ ਚੋਦਾ ਜੋਬਾਂ ਵਾਲੇ ਬਾਕੀ ਰਹੀ ਡੀਲਰਾਂ ਦੀ ਗੱਲ ਡੀਲਰਾਂ ਦਾ ਸਰਿੰਗ ਤੂੰ ਕੀ ਕਹੇਗਾ ਉਹਨਾਂ ਬਾਰੇ ਮੇਰਾ ਇਹ ਕਹਿਣਾ ਬਾਈ ਕੰਮ ਕਰਦਾ ਹਰ ਕੋਈ ਹੈ ਨਾ ਡੀਲਰ ਬਿਜ਼ਨਸ ਖੋਲਿਆ ਉਹਨਾਂ ਨੇ ਤਾਂ ਲੋਧਾ ਲਾਉਣਾ ਹੀ ਆ ਠੀਕ ਆ ਉਹਨਾਂ ਨੇ ਆਪਦਾ ਕੰਮ ਕਰਨਾ ਕਿਉਂਕਿ ਉਹਨਾਂ ਨੇ ਵੀ ਆਪਦੇ ਬੱਚੇ ਪਾਲਣੇ ਆ ਬਟ ਇਹ ਆ ਵੀ ਲੋਧਾ ਸਹਿੰਦਾ ਸਹਿੰਦਾ ਲਾ ਲੈਣ ਉਹ ਚੰਗੀ ਰਾਇ ਦੇ ਕੇ ਲਾ ਲੈਣ ਉਵੇਂ ਸਹੀ ਰਹੂਗਾ ਅਗਲਾ ਕਿਉਂ ਜਾਂਦਾ ਵਾ ਬਈ ਮੂਹਰੇ ਪੰਜਾਬੀ ਆ ਪੰਜਾਬੀ ਦੇਖ ਕੇ ਜਾਂਦਾ ਫਿਰ ਪੰਜਾਬੀ ਪੰਜਾਬੀ ਦੀ ਮਾਰਦਾ ਉੱਥੇ ਬੰਦਾ ਥੋੜਾ ਗਲਤ ਪੈਂਦਾ ਵਾ ਆਪਾਂ ਤਾਂ ਵੈਸੇ ਵੀ ਫੇਮਸ ਹੀ ਆ ਕਿ ਜਿਹਨੇ ਚੱਕਰ ਦੂਜੇ ਦੀ ਲੱਤ ਨੀ ਖਿੱਚ ਕੇ ਅਸੀਂ ਕਾਮਯਾਬ ਹੁੰਦੇ ਸਾਡੇ ਕਾਮਯਾਬੀ ਰਾਸ ਨੀ ਆਉਂਦੀ ਹਨਾ ਆਪਾਂ ਸਾਰੀ ਗਲਤੀ ਡੀਲਰ ਦੀ ਨੀ ਕੱਢ ਸਕਦੇ ਕਿਉਂਕਿ ਡੀਲਰ ਦੀ ਗਲਤੀ ਹੋਊਗੀ ਬਟ ਉਹਨੇ ਤਾਂ ਯਾਰ ਇਹ ਨਹੀਂ ਤਾਂ ਦੂਜਾ ਲੁੱਟ ਹੀ ਲੈਣਾ ਕੋਈ ਨਾ ਕੋਈ ਕਿਸੇ ਲੁੱਟ ਨਹੀਂ ਮਤਲਬ ਉਹਨੂੰ ਡੀਲ ਕਰ ਹੀ ਦੇਣਾ ਉਹਨੂੰ ਡੀਲ ਕਰ ਦੇਣਾ ਕਿਸੇ ਨੂੰ ਘੱਟ 'ਚ ਕਰਤੀ ਕਿਸੇ ਨੂੰ ਵੱਧ 'ਚ ਕਰਤੀ ਜਿਹੜਾ ਬੰਦਾ ਜਿੰਨੇ ਜੋਗਾ ਉਹਨਾਂ ਉਹ ਟੀਕਾ ਲਾ ਦਿੰਦੇ ਆ ਜਿਵੇਂ ਪਰ ਉਹਨਾਂ ਨੂੰ ਹੁਣ ਸਿਚੁਏਸ਼ਨ ਪਤਾ ਕਿੰਨੇ ਵੀ ਸਟੂਡੈਂਟ ਆ ਰਹੇ ਆ ਤਾਂ ਉਹਨਾਂ ਨੂੰ ਸਹੀ ਗਾਈਡ ਕਰ ਦੇਣ ਭਾਈ ਤੇਤੋਂ ਫੋਰਡ ਨਹੀਂ ਹੋਣੀ ਹਾਂ ਤੁਹਾਡੀ ਇੰਨੀ ਇਨਕਮ ਆ ਤੁਹਾਡੀ ਇੰਨਾ ਹੋਣਾ ਤੁਸੀਂ ਆਹ ਵਾਲੀ ਗੱਡੀ 'ਤੇ ਰਹੋ ਐਡੀ ਉੱਚੀ ਛਾਲ ਨਾ ਮਾਰੋ ਉਹਨਾਂ ਨੂੰ ਇੱਕ ਥੋੜਾ ਰੈਸਲਾ ਕਰ ਦੇਣਾ ਕਿਉਂਕਿ ਯੰਗ ਏਜ ਹੁੰਦੀ ਯਾਰ ਅਟਰੈਕਟ ਹੁੰਦਾ ਬੰਦਾ ਨਵੀਂ ਰੋਡ ਮੇਰੇ ਕੋਲ ਭੈਣ ਚ ਮਸਟੈਂਗ ਮੇਰੇ ਕੋਲ ਉਹ ਹੋਊਗੀ ਮੇਰੇ ਕੋਲ BMW ਹੋਊ ਹਨਾ ਤੇ ਆਹ ਚੀਜ਼ਾਂ ਨੂੰ ਦੇਖ ਕੇ ਬੰਦਾ ਥੋੜਾ ਅਟਰੈਕਟ ਹੁੰਦਾ ਯੰਗ ਬਲੱਡ ਤੇ ਲੇਕਿਨ ਉਹ ਗਾਈਡ ਕਰ ਸਕਦੇ ਆ ਉਹ ਬਸ ਆਹੀ ਟਾਈਮ ਤੇ ਅਗਰ ਕਿਸੇ ਨੂੰ ਸਹੀ ਰਾਏ ਮਿਲ ਜੇ ਨਾ ਹਾਂ ਬਾਈ ਫਿਰ ਉਹ ਬੰਦਾ ਰੁਕ ਸਕਦਾ ਸਹੀ ਗੱਲ ਹੈ ਠੀਕ ਹੈ ਨਾ ਤੇ ਪੂਰੀ ਆਪਾਂ ਗਲਤੀ ਡੀਲਰਸ਼ਿਪ ਦੀ ਨਹੀਂ ਕੱਢ ਸਕਦੇ ਕਿ ਉਹਨਾਂ ਦਾ ਕੰਮ ਕਰ ਕੱਢ ਸਕਦੇ ਉਹਨੂੰ ਸਿਰਫ ਵੀਡੀਓ ਬਣਾ ਕੇ ਬੋਲ ਸਕਦੇ ਆ ਲੋਕੀ ਹੋਰ ਕੁਝ ਨਹੀਂ ਨਹੀਂ ਉਹ ਬਚਾਓ ਬੈਠਾ ਉਹ ਤਾਂ ਡਿਫੈਂਡ ਕਰੀ ਜਾਂਦਾ ਆਪਦੇ ਆਪ ਨੂੰ ਉਹ ਤਾਂ ਵੀਡੀਓ ਪ੍ਰੂਫ ਲਈ ਬੈਠਾ ਉਹਨੂੰ ਕੀ ਕਰ ਦੇਣਗੇ ਲੋਕ ਇਹ ਜਿਹੜੇ ਕੰਮ ਹੁੰਦੇ ਆ ਨਾ ਬੰਦਾ ਪੇਪਰ ਵਰਕ ਪ੍ਰੋਪਰ ਮਿਲ ਜੂ ਡੀਲਰ ਕੋਲੇ ਔਰ ਉਹ ਚ ਤੁਸੀਂ ਜ਼ੀਰੋ ਕਸੂਰ ਵੀ ਨਹੀਂ ਕੱਢ ਸਕਦੇ ਪੁਲਿਸ ਉਹਨੂੰ ਟੱਚ ਵੀ ਨਹੀਂ ਕਰੂਗੀ ਠੀਕ ਹੈ ਨਾ ਉਹ ਆ ਤਾਂ ਐਵੀਡੈਂਸ ਲੈ ਕੇ ਬੈਠਾ ਵਾ ਤੇ ਸਟੂਡੈਂਟ ਆਪ ਵੀ ਥੋੜਾ ਧਿਆਨ ਦੇਣ ਯਾਰ ਕੋਈ ਨਾ ਬਹੁਤ ਟਾਈਮ ਪਿਆ ਹੁੰਦਾ ਗੱਡੀਆਂ ਖਰੀਦਣ ਨੂੰ ਲਾਓ 2 ਸਾਲ PR ਹੋਵੋ ਗੱਡੀ ਤੇ ਗੱਡੀ ਆਣੀ ਆ ਉੱਥੇ ਬਾਹਰਲੀ ਕੰਟਰੀ ਦੇ ਵਿੱਚ ਕੋਈ ਵੀ ਕੰਟਰੀ ਆ ਦੁਬਈ ਲਾ ਲਓ ਕੈਨੇਡਾ ਅਮਰੀਕਾ ਗੱਡੀ ਖਰੀਦਣੀ ਵੱਡੀ ਗੱਲ ਨਹੀਂ ਰਹਿ ਜਾਂਦੀ ਥੋੜਾ ਟਾਈਮ ਪਾ ਲਓ ਬਸ ਉਹ ਆਕਿਆਂ ਦਾ ਮਨ ਇਹਨਾਂ ਚੀਜ਼ਾਂ ਤੋਂ ਥੋੜੀ ਉਮਰ ਟੱਪਣ ਦੇ ਤੁਹਾਨੂੰ ਜਾਂ 30-35 ਦੇ ਹੋ ਜਾਓ ਤੁਸੀਂ 35-40 ਇਹ ਵੀ ਚਾਹ ਨਹੀਂ ਰਹਿਣਾ ਤੁਸੀਂ ਤੁਹਾਨੂੰ ਇਹ ਲੱਗਣਾ ਵੀ ਅਸੀਂ ਜ਼ਿੰਦਗੀ ਕਿਵੇਂ ਟਪਾਈਏ ਜ਼ਿੰਦਗੀ ਕਿਵੇਂ ਟਪਾਈਏ ਹੈ ਤੇ ਹੌਲੀ ਹੌਲੀ ਫਿਰ ਦੇਖਿਓ ਹੈ ਤਰੱਕੀ ਹੌਲੀ ਹੌਲੀ ਹੁਣ ਮਿਲਦੀ ਹੁੰਦੀ ਹੈ ਇੱਕੋ ਨਾਮ ਸਹੀ ਗੱਲ ਹੈ ਪਹਿਲੇ ਸਾਲ 'ਚ ਨਹੀਂ ਸਾਰਾ ਕੁਝ ਹਰ ਇੱਕ ਦੇ ਹੱਥ ਦੇ ਵਿੱਚ ਆਈਫੋਨ ਇਹ ਫੋਨ ਕਿਹੜੇ ਫੜੇ ਨੇ ਉਹ ਇਹ ਕੈਸ਼ਤਾਂ ਤੇ ਮਿਲ ਗਏ ਨੇ ਜੇ ਪਹਿਲਾਂ ਕੈਸ਼ਤਾਂ ਨਹੀਂ ਹੁੰਦੀਆਂ ਸੀ ਤੇ ਬੰਦਿਆਂ ਕੋਲ ਚੀਜ਼ਾਂ ਵੀ ਨਹੀਂ ਹੁੰਦੀਆਂ ਸੀ ਬਈ ਹਾਂ ਜੇ ਕੈਸ਼ਤਾਂ ਨਾ ਹੁੰਦੀਆਂ ਅੱਜ ਦੇ ਟਾਈਮ ਦੇ ਵਿੱਚ 1.5 ਲੱਖ ਦਾ ਮੋਬਾਈਲ ਕਿਹਨੇ ਚੱਕਣਾ ਸੀ ਹੈ ਤੇ 1.5-2 ਲੱਖ ਦਾ ਮੋਬਾਈਲ ਤੁਸੀਂ ਕੈਰੀ ਕਰੀ ਫਿਰਦੇ ਹੋ ਉਹ ਅਸੀਂ ਜਾ ਕੇ ਚੱਕ ਲੈਨੇ ਆਰਾਮ ਨਾਲ ਪਤਾ ਵੀ ਮਹੀਨੇ ਦੇ ਮਹੀਨੇ ਪੇ ਹੋ ਜਾਣਾ ਨਾਲੇ ਨੈਟ ਡਾਟਾ ਦੇ ਦਿੰਦੇ ਅਗਲੇ ਨਾਲ ਹਨਾ ਤਾਂ ਕਰਕੇ ਇਹ ਚੀਜ਼ਾਂ ਇਹ ਟ੍ਰੈਪ ਆ ਟ੍ਰੈਪ ਤੋਂ ਬਚੋ ਬਸ ਦੇ ਵਿੱਚ ਫਸ ਰਹੇ ਆ ਇਹ ਵੈਸੇ ਤੁਹਾਨੂੰ ਸਮਝ ਨਹੀਂ ਆਉਣੀ 10-15 ਸਾਲ ਗਾਲ ਕੇ ਸਾਡੇ ਵਾਂਗੂ ਤੁਹਾਨੂੰ ਸਮਝ ਆਉਣੀ ਹੈ ਹਨਾ ਇਹ ਚੀਜ਼ ਆ ਚਲੋ ਟਾਈਮ ਲੱਗਦਾ ਉਹ ਏਜ ਹੀ ਇਹੋ ਜਿਹੀ ਆ ਬਟ ਜੋ ਏਜ ਦੇ ਵਿੱਚ ਤੁਸੀਂ ਸਿਆਣੇ ਬੰਦੇ ਦੀ ਸੁਣ ਲਵੋ ਉਹਨੂੰ ਨਾ ਕਹੋ ਇਹ ਸੜਾ ਭੌਂਕਦਾ ਨਹੀਂ ਸੁਣਨੀ ਮੈਂ ਉਹੀ ਕਹਿ ਰਿਹਾ ਉਹਨੂੰ ਨਾ ਤੁਸੀਂ ਕਹੋ ਵੀ ਇਹ ਸੜਾ ਭੌਂਕਦਾ ਭੌਂਕੀ ਜਾਣ ਦੇ ਆਪ ਇਹ ਕਰ ਲੈ ਉਹ ਕਰ ਲੈ ਉਹ ਹੰਢਾਈ ਬੈਠਾ ਯਾਰ ਉਹ ਜਗ੍ਹਾ ਤੋਂ ਨਿਕਲ ਕੇ ਗਿਆ ਬੰਦਾ ਤਾਂ ਮੀਨਸ ਕੁਛ ਕੁ ਪਰਸੈਂਟ ਤਾਂ ਉਹਦੀ ਮੰਨ ਲਿਓ ਜੇ ਤੁਹਾਨੂੰ ਕੋਈ ਰੈਸਲਾ ਦਊਗਾ ਸਿਆਣਾ ਬੰਦਾ ਥੋੜੇ ਜਿਹਾ ਸਾਰੀ ਨਾ ਮੰਨਿਓ ਕੁਛ ਕੁ ਮੰਨ ਲਿਓ ਇਹੀ ਆਪਣਾ ਮੈਸੇਜ ਆ ਸਟੂਡੈਂਟ ਲਈ ਬਸ ਰੱਬ ਰੱਖਾ ਪੰਜਾਬ ਦਾ ਵੀ ਚਲੋ ਜੀ ਇਹ ਸੀ ਸਾਡੇ ਦਿਲ ਦੀਆਂ ਗੱਲਾਂ ਕੁਛ ਹੋਰ ਥੈਂਕ ਯੂ ਸੋ ਮਚ ਹੋਪ ਸੋ ਤੁਹਾਨੂੰ ਸਾਡੀ ਵਾਰਤਾਲਾਪ ਚੰਗੀ ਲੱਗੀ ਹੋਵੇ ਬਾਬਾ ਮਿਲਦੇ ਹਾਂ।